ਜਦੋਂ ਮਿੱਠੀ ਨੀਂਦੇ ਸੌਂਦੀ ਐ ਖੁਦਾਈ, ਸੋ ਰੱਬ ਦੀ ਨੀ ਅੱਖ ਕਦੀ ਲਾਈ, ਮੈਂ ਰੋਵਾਂ ਤੈਨੂੰ ਯਾਦ ਕਰਕੇ ਸਜਣਾ। ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਜੀ ਨਾਜ਼ਰੀਨ, ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਪਾਕਿਸਤਾਨ ਦੇ ਮਸ਼ਹੂਰ ਗਲੂਕਾਰ ਆਰਫ ਲੋਹਾਰ ਸਾਹਿਬ ਨੇ ਇੱਕ ਇੰਟਰਵਿਊ ਦੇ ਦੌਰਾਨ ਆਪਣੀ ਮਰੀ ਹੋਈ ਬੀਵੀ ਦੇ ਮੁਤਾਲਕ ਕਿਹੜੇ ਐਸੇ ਅਲਫਾਜ਼ ਕਹੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਯਕੀਨ ਕਰੋ ਹੈਰਾਨ ਰਹਿ ਜਾਓਗੇ। ਉਸ ਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ, ਔਰ ਨਾਲ ਨਾਲ ਘੈਂਠੀ ਦੇ ਬਟਨ ਨੂੰ ਜ਼ਰੂਰ ਦੱਬ ਦਿਆ ਕਰੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਹ ਤੁਹਾਡੀਆਂ ਮੁਹੱਬਤਾਂ ਨੇ ਕਿ ਤੁਸੀਂ ਮੇਰੇ ਨਾਲ ਜੁੜੇ ਰਹਿੰਦੇ ਹੋ ਔਰ ਮੇਰੀ ਵੀਡੀਓ ਵੇਖਦੇ ਹੋ ਔਰ ਇਹਨੂੰ ਲਾਈਕ ਕਰਦੇ ਹੋ। ਬੜੀ ਮਿਹਰਬਾਨੀ, ਸ਼ੁਕਰੀਆ ਆਪਣਾ ਕੀਮਤੀ ਟਾਈਮ ਦੇਣ ਦਾ ਤੁਹਾਡਾ। ਅਦਾਕਾਰ ਗਲੂਕਾਰ ਆਰਫ ਲੋਹਾਰ ਸਾਹਿਬ ਬਹੁਤ ਬੜੇ ਗਲੂਕਾਰ ਨੇ ਜਿਨ੍ਹਾਂ ਨੇ ਚਿਮਟੇ ਦੇ ਜ਼ਰੀਏ ਪਾਕਿਸਤਾਨ ਦੇ ਵਿੱਚ ਆਪਣਾ ਬੜਾ ਨਾਮ ਪੈਦਾ ਕੀਤਾ। ਹਾਲਾਂਕਿ ਇਹਨਾਂ ਦੇ ਵਾਲਦ ਸਾਹਿਬ ਆਲਮ ਲੋਹਾਰ ਸਾਹਿਬ ਇਹਨਾਂ ਤੋਂ ਵੀ ਬਹੁਤ ਬੜੇ ਫਨਕਾਰ ਸੀ, ਗਲੂਕਾਰ ਸੀ। ਉਹਨਾਂ ਨੇ ਚਿਮਟੇ ਦੇ ਜ਼ਰੀਏ ਆਪਣਾ ਨਾਮ ਪੈਦਾ ਕੀਤਾ। ਔਰ ਜਿਹੜੇ ਪੁਰਾਣੇ ਬਜ਼ੁਰਗ ਨੇ ਪਿੰਡਾਂ ਦੇ ਵਿੱਚ ਰਹਿਣ ਵਾਲੇ, ਖਾਸ ਕਰ ਜੱਟ ਕਿਸਮ ਦੇ ਬੰਦੇ, ਉਹ ਬੜੇ ਸ਼ੌਕ ਨਾਲ ਇਹਨਾਂ ਦੇ ਗਾਣਿਆਂ ਨੂੰ ਸੁਣਦੇ ਨੇ, ਇਹਨਾਂ ਦੇ ਵਜਾਏ ਹੋਏ ਚਿਮਟੇ ਨੂੰ ਸੁਣਦੇ ਨੇ ਅਤੇ ਬੜੀ, ਯਾਨੀ ਤੁਸੀਂ ਕਹਿ ਲਓ, ਉਹਨਾਂ ਨੂੰ ਮੁਹੱਬਤ ਦਿੰਦੇ ਨੇ ਆਲਮ ਲੋਹਾਰ ਸਾਹਿਬ ਨੂੰ। ਅਤੇ ਉਹਨਾਂ ਦੀ ਫਿਰ ਆਵਾਜ਼ ਦੇ ਵਿੱਚ ਦਰਦ ਔਰ ਸੋਜ਼ ਵੀ ਬਹੁਤ ਜ਼ਿਆਦਾ। ਅਤੇ ਪੁਰਾਣੇ ਬਜ਼ੁਰਗ ਬਸ ਇਹੀ ਕਹਿੰਦੇ ਨੇ ਯੂਟਿਊਬ ਤੋਂ, ਜੀ ਆਲਮ ਲੋਹਾਰ ਸਾਹਿਬ ਦਾ ਫਲਾਂ ਗਾਣਾ ਸੁਣਾ ਦਿਉ, ਫਲਾਂ ਗਾਣਾ ਸੁਣਾ ਦਿਉ, ਬਸ ਯਾਨੀ ਐਡੇ ਸ਼ੌਕੀਨ ਨੇ। ਅਤੇ ਆਲਮ ਲੋਹਾਰ ਸਾਹਿਬ ਨੇ ਬਹੁਤ ਬੜਾ ਨਾਮ ਪਾਇਆ ਉਸ ਆਪਣੇ ਵਾਲਦ ਸਾਹਿਬ ਦੀ ਵਿਰਾਸਤ ਨੂੰ ਲੈ ਕੇ ਚੱਲਦੇ ਹੋਇਆਂ। ਆਰਫ ਲੋਹਾਰ ਸਾਹਿਬ ਨੇ ਵੀ ਬਹੁਤ ਬੜਾ ਨਾਮ ਪਾਇਆ, ਲੇਕਿਨ ਆਲਮ ਲੋਹਾਰ ਸਾਹਿਬ ਦਾ ਆਪਣਾ ਮੁਕਾਮ ਆ, ਉਹਨਾਂ ਦੇ ਮੁਕਾਮ ਨੂੰ ਉਹਨਾਂ ਦਾ ਬੇਟਾ ਕ੍ਰਾਸ ਨਹੀਂ ਕਰ ਸਕਿਆ, ਲੇਕਿਨ ਇਹਨਾਂ ਦਾ ਵੀ ਆਪਣਾ ਬਹੁਤ ਜ਼ਿਆਦਾ ਮੁਕਾਮ ਆ। ਇੱਕ ਇੰਟਰਵਿਊ ਦੇ ਵਿੱਚ ਸੀ ਕਿ ਜਿਹੜਾ ਵਸੀ ਸ਼ਾਹ ਸਾਹਿਬ ਦਾ ਸੀ, ਨਿਊ ਟੀਵੀ ਦੇ ਉੱਤੇ ਪ੍ਰੋਗਰਾਮ ਸੀ। ਵਸੀ ਸ਼ਾਹ ਸਾਹਿਬ ਬਹੁਤ ਬੜੇ ਸ਼ਾਇਰ ਨੇ, ਉਹਨਾਂ ਨੂੰ ਆਰਫ ਲੋਹਾਰ ਸਾਹਿਬ ਦਾ ਉਹਨਾਂ ਨੇ ਇੰਟਰਵਿਊ ਕੀਤਾ ਔਰ ਬੁਲਵਾਇਆ। ਸਭ ਤੋਂ ਪਹਿਲਾਂ ਉਹਨਾਂ ਨੇ ਸਵਾਲ ਕੀਤਾ ਕਿ ਜਿਹੜੀ ਤੁਹਾਡੀ ਸ਼ਾਦੀ ਹੋਈ ਸੀ, ਆਇਆ ਇਹ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ? ਅਤੇ ਆਰਫ ਲੋਹਾਰ ਸਾਹਿਬ ਨੇ ਕਿਹਾ ਕਿ ਇਹ ਮੇਰੀ ਸ਼ਾਦੀ ਅਰੇਂਜ ਮੈਰਿਜ ਸੀ। ਅਤੇ ਆਰਫ ਲੋਹਾਰ ਸਾਹਿਬ ਨੇ ਕਿਹਾ ਕਿ ਮੈਂ ਅੱਲਾਹ ਤਾਲਾ ਕੋਲੋਂ ਦੁਆ ਮੰਗਦਾ ਹੁੰਦਾ ਸੀ, ਅੱਲਾਹ ਤਾਲਾ ਕੋਲੋਂ ਦੁਆ ਕਰਦਾ ਸੀ, ਯਾ ਅੱਲਾ ਜਿਹੜੀ ਵੀ ਮੇਰੀ ਹੋਣ ਵਾਲੀ ਕੋਈ ਬੀਵੀ ਹੋਵੇ, ਐਡੀ ਨੇਕ ਪਰਹੇਜ਼ਗਾਰ ਔਰ ਮੁਤਕੀ ਹੋਵੇ ਕਿ ਜਿਹੜਾ ਮੇਰਾ ਦੋਨਾਂ ਦਾ ਸਾਡਾ ਗੁਜ਼ਾਰਾ ਬੜਾ ਹੀ ਆਸਾਨੀ ਦੇ ਨਾਲ ਜ਼ਿੰਦਗੀ ਦਾ ਸਫ਼ਰ ਗੁਜ਼ਰ ਸਕੇ। ਔਰ ਬਾਕੀ ਆਰਫ ਲੋਹਾਰ ਸਾਹਿਬ ਕਹਿੰਦੇ ਨੇ ਕਿ ਉਸ ਔਰਤ ਦਾ ਹੌਸਲਾ ਆ, ਹਿੰਮਤ ਆ ਕਿ ਉਹਨੇ ਪੂਰੀ ਜ਼ਿੰਦਗੀ ਮੇਰਾ ਸਾਥ ਦਿੱਤਾ, ਅਸੀਂ ਦੋਨਾਂ ਨੇ ਬਹੁਤ ਅੱਛੀ ਜ਼ਿੰਦਗੀ ਗੁਜ਼ਾਰੀ, ਅੱਛਾ ਖਾਧਾ, ਅੱਛਾ ਪਹਿਨਿਆ। ਔਰ ਉਹਨਾਂ ਦੇ ਮਾਸ਼ਾਅੱਲਾ 3 ਬੱਚੇ ਨੇ। ਅਤੇ ਜਿਸ ਵੇਲੇ ਵਸੀ ਸ਼ਾਹ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੀ ਸ਼ਾਦੀ ਕਿਉਂ ਨਹੀਂ ਕਰ ਲੈਂਦੇ, ਤੁਹਾਡੀ ਬੀਵੀ ਜਿਹੜੀ ਆ 3-1 ਸਾਲ ਹੋ ਗਏ ਨੇ, ਫੌਤ ਹੋ ਗਈ ਆ, ਅਤੇ ਤੁਸੀਂ ਸ਼ਾਦੀ ਕਿਉਂ ਨਹੀਂ ਕਰ ਲੈਂਦੇ? ਅਤੇ ਉਹ ਜਿਹੜੇ ਫਿਰ ਉਹਨਾਂ ਨੇ ਲਫਜ਼ ਕਹੇ ਆਰਫ ਲੋਹਾਰ ਸਾਹਿਬ ਨੇ, ਯਕੀਨ ਕਰੋ
ਉਹ ਬੰਦਾ ਸੁਣ ਕੇ ਹੈਰਾਨ ਹੋ ਜਾਂਦਾ। ਉਹਨਾਂ ਨੇ ਕਿਹਾ ਕਿ ਮਰਨ ਵਾਲੀ ਜਿਹੜੀ ਇਹਨਾਂ ਦੀ ਮਾਂ ਸੀ ਅਤੇ ਉਹ ਮੈਨੂੰ ਇਹਨਾਂ ਦੀ ਮਾਂ ਬਣਾ ਕੇ ਚਲੇ ਗਈ ਆ। ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮਾਂ ਬਣ ਕੇ ਦਿਖਾਈ ਅਤੇ ਇਹਨਾਂ ਨੂੰ ਮਾਂ ਬਣ ਕੇ ਸਾਂਭਣਾ, ਅਤੇ ਮੈਂ ਹੁਣ ਆਪਣੀ ਬੀਵੀ ਨਾਲ ਕਿਸ ਤਰ੍ਹਾਂ ਬੇਵਫਾਈ ਕਰ ਸਕਦਾ। ਅੱਛਾ ਜੀ, ਉਹ ਬਾਪ ਕੋ ਮਾਂ ਬਣਾ ਕੇ ਚਲੀ ਗਈ, ਅਬ ਮੈਂ ਬੇਵਫਾਈ ਕੈਸੇ ਕਰੂੰ ਆਪਣੇ ਬੇਟੋਂ ਕੇ ਸਾਥ। ਤੁਸੀਂ ਦੇਖ ਲਓ ਯਾਰ, ਜਿੰਨੇ ਵੀ ਫਿਲਮ ਇੰਡਸਟਰੀ ਦੇ ਵਿੱਚ ਲੋਕ ਹੈ ਨੇ, ਉਹਨਾਂ ਨੂੰ ਅਸੀਂ ਲੋਕ ਬੁਰਾ ਕਹਿੰਦੇ ਨੇ, ਸਮਝਦੇ ਨੇ, ਸਾਡੇ ਖਿਆਲਾਂ ਦੇ ਵਿੱਚ ਆਉਂਦਾ ਕਿ ਉਹ ਲੋਕ ਅੱਛੇ ਨਹੀਂ ਹੈ, ਇੱਧਰੋਂ ਸ਼ਾਦੀ ਕਰਦੇ ਨੇ, ਇੱਧਰੋਂ ਛੱਡ ਦਿੰਦੇ ਨੇ, ਇੱਧਰੋਂ ਕਰਦੇ ਨੇ, ਇੱਧਰੋਂ ਛੱਡ ਦਿੰਦੇ ਨੇ। ਲੇਕਿਨ ਤੁਸੀਂ ਆਰਫ ਲਵਾਰ ਸਾਹਿਬ ਨੂੰ ਦੇਖੋ, ਹਾਲਾਂਕਿ ਉਹਨਾਂ ਨੇ ਵੀ ਫਿਲਮ ਇੰਡਸਟਰੀ ਦੇ ਵਿੱਚ ਬੜਾ ਕੰਮ ਕੀਤਾ, ਸ਼ੋਭੇ ਇੰਡਸਟਰੀ ਦੇ ਨਾਲ ਉਹਦਾ ਵੀ ਤਾਲਕ ਆ, ਅਤੇ ਉਹਨਾਂ ਨੇ ਫਿਲਮਾਂ ਵੀ ਕਾਫੀ ਬਣਾਈਆਂ। ਅਤੇ ਲੇਕਿਨ ਉਸ ਬੰਦੇ ਦੀ ਤੁਸੀਂ ਸੋਚ ਵੇਖੋ, ਤੁਸੀਂ ਹੈਰਾਨ ਰਹਿ ਜਾਓਗੇ। ਉਹਨੇ ਕਿਹਾ ਕਿ ਅਗਰ ਮੈਂ ਦੂਜੀ ਸ਼ਾਦੀ ਕਰ ਲਵਾਂ ਤਾਂ ਮੈਂ ਆਪਣੀ ਖਾਹਿਸ਼ ਤਾਂ ਪੂਰੀ ਹੋ ਸਕਦੀ ਆ, ਲੇਕਿਨ ਬੱਚਿਆਂ ਨੂੰ ਜਿਹੜਾ ਪਿਆਰ ਮਿਲਣਾ ਉਹਨਾਂ ਦੀ ਮਾਂ ਦਾ, ਉਹ ਕੋਈ ਨਹੀਂ ਦੇ ਸਕਦਾ। ਉਹਨਾਂ ਦੀ ਮਾਂ ਉਸ ਪਿਆਰ ਨੂੰ ਦੇਣ ਦੀ ਜ਼ਿੰਮੇਦਾਰੀ ਮੇਰੇ ਉੱਤੇ ਲਗਾ ਕੇ ਗਈ ਆ, ਮਾਂ ਦਾ ਪਿਆਰ ਹੁਣ ਬੱਚਿਆਂ ਨੂੰ ਮੈਂ ਹੀ ਦੇਣਾ। ਅਤੇ ਹਾਲਾਂਕਿ ਅਗਰ ਉਹ ਸ਼ਾਦੀ ਕਰਨਾ ਚਾਹੁੰਦੇ, ਆਰਫ ਲਵਾਰ ਸਾਹਿਬ, ਇਸਲਾਮ ਦੇ ਵਿੱਚ ਜਾਇਜ਼ ਆ ਸ਼ਾਦੀਆਂ, ਬੰਦਾ ਕਾਫੀ ਕਰ ਸਕਦਾ। ਨਬੀ ਅਕਰਮ ਸੱਲ ਸੱਲਮ ਨੇ ਕਿੰਨੀਆਂ ਸ਼ਾਦੀਆਂ ਕੀਤੀਆਂ ਨੇ, ਇਸਲਾਮ ਦੇ ਵਿੱਚ ਕੋਈ ਮੰਨਣਾ ਨਹੀਂ ਹੈ ਵੀ ਇੱਕ ਸ਼ਾਦੀ ਤੋਂ ਬਾਅਦ ਸ਼ਾਦੀ ਨਹੀਂ ਕਰ ਸਕਦਾ, ਇੱਕ ਕਰਾਓ, ਦੋ ਕਰਾਓ, ਤਿੰਨ ਕਰਾਓ, ਚਾਰ ਕਰਾਓ, ਇਹ ਤੁਸੀਂ ਆਪਣੇ ਵਸਾਇਲ ਨੂੰ ਦੇਖਦੇ ਹਾਂ ਸ਼ਾਦੀਆਂ ਕਰਨੀਆਂ। ਅਗਰ ਤੁਹਾਡੇ 'ਚ ਕੁਵਤ ਹੈ, ਤਾਕਤ ਹੈ, ਤੁਹਾਡੇ ਵਸਾਇਲ ਹੈ ਨੇ ਕਿ ਤੁਸੀਂ ਹਰ ਬੀਵੀ ਦੇ ਹਕੂਕ ਪੂਰੇ ਕਰ ਸਕਦੇ ਹੋ, ਤੁਸੀਂ ਸ਼ਾਦੀ ਕਰ ਸਕਦੇ ਹੋ। ਲੇਕਿਨ ਆਰਫ ਲਵਾਰ ਸਾਹਿਬ ਨੇ ਕਿਹਾ ਕਿ ਮੈਂ ਸ਼ਾਦੀ ਇਸ ਵਾਸਤੇ ਨਹੀਂ ਕੀਤੀ ਕਿ ਉਹਨਾਂ ਦੀ ਮਾਂ ਦਾ ਮੇਰੇ ਨਾਲ ਵਾਅਦਾ ਕੀਤਾ ਹੋਇਆ ਸੀ ਔਰ ਉਸ ਵਾਅਦੇ ਨੂੰ ਮੈਂ ਤੋੜ ਨਹੀਂ ਸਕਦਾ। ਉਹ ਜਾਣ ਲੱਗੀ ਇਹਨਾਂ ਦੀ ਮਾਂ ਮੇਰੇ ਕੋਲੋਂ ਇੱਕ ਵਾਅਦਾ ਲੈ ਕੇ ਗਈ ਆ ਕਿ ਤੂੰ ਹੁਣ ਇਹਨਾਂ ਦੀ ਮਾਂ ਆ ਅਤੇ ਮੇਰੇ ਬੱਚਿਆਂ ਨੂੰ ਪਿਆਰ ਨਾਲ ਰੱਖਣਾ, ਇਹਨਾਂ ਨੂੰ ਸਾਂਭਣਾ। ਅਤੇ ਤੁਹਾਨੂੰ ਪਤਾ ਅਗਰ ਕੋਈ ਦੂਜੀ ਬੀਵੀ ਆ ਜਾਏ, ਉਹ ਪਤਾ ਨਹੀਂ ਕਿਸ ਤਰ੍ਹਾਂ ਦੀ ਹੁੰਦੀ ਆ, ਉਹ ਸਾਂਭਦੀ ਜਾਂ ਨਹੀਂ ਸਾਂਭਦੀ। ਇਸ ਵਾਸਤੇ ਆਰਫ ਲਵਾਰ ਸਾਹਿਬ ਨੇ ਸ਼ਾਦੀ ਨਹੀਂ ਕਰਾਈ। ਉਹਨਾਂ ਨੇ ਕਿਹਾ ਇਹਨਾਂ ਦੀ ਮਾਂ ਮੈਨੂੰ ਜਾਂਦਿਆਂ ਜਾਂਦਿਆਂ ਇਹਨਾਂ ਨੂੰ ਮੇਰੇ ਹਵਾਲੇ ਕਰ ਗਈ ਔਰ ਮੈਨੂੰ ਇਹਨਾਂ ਦੀ ਮਾਂ ਬਣਾ ਕੇ ਚਲੇ ਗਈ, ਅਤੇ ਮੈਂ ਹੁਣ ਉਹ ਜ਼ਿੰਮੇਦਾਰੀ ਪੂਰੀ ਕਰਾਂਗਾ। ਇਸ ਵਜ੍ਹਾ ਨਾਲ ਮੈਂ ਸ਼ਾਦੀ ਨਹੀਂ ਕਰਾਈ। ਅਤੇ ਬੜੀ ਅੱਛੀ ਗੱਲ ਉਹਨਾਂ ਨੇ ਕੀਤੀ ਆ, ਅਤੇ ਇਸ ਤਰ੍ਹਾਂ ਦੀ ਸੋਚ ਹੋਣੀ ਚਾਹੀਦੀ ਆ। ਵਸੀ ਸ਼ਾਹ ਸਾਹਿਬ ਨੇ ਕਿਹਾ ਕਿ ਯਾਰ, ਤੁਸੀਂ ਇਹ ਬਾਬਿਆਂ ਵਾਲੀ ਸੋਚ ਰੱਖਦੇ ਹੋ, ਅਤੇ ਤੁਸੀਂ ਪੁਰਾਣੇ ਬਾਬੇ ਹੁੰਦੇ ਸੀ ਉਹ ਜਿਹੜੇ ਸ਼ਾਦੀਆਂ ਨਹੀਂ ਸੀ ਕਰਾਉਂਦੇ, ਬੈਠੇ ਰਹਿੰਦੇ ਸੀ, ਤੁਸੀਂ ਅਜੇ ਨਿਊ ਜਨਰੇਸ਼ਨ ਦੇ ਵਿੱਚ ਸ਼ਾਮਿਲ ਹੁੰਦੇ ਹੋ ਅਤੇ ਤੁਸੀਂ ਸ਼ਾਦੀ ਕਰ ਸਕਦੇ ਹੋ। ਉਹਨਾਂ ਨੇ ਕਿਹਾ ਜੀ, ਮੈਂ ਬਾਬਿਆਂ ਵਾਲੀ ਸੋਚ ਜਿਹੜੀ ਉਹ ਮੇਰੀ ਠੀਕ ਆ, ਮੈਂ ਨਹੀਂ ਸ਼ਾਦੀ ਕਰਾਉਣਾ ਚਾਹੁੰਦਾ। ਬਹਰਹਾਲ ਬਹੁਤ ਅੱਛੀਆਂ ਉਹਨਾਂ ਨੇ ਗੱਲਾਂ ਕੀਤੀਆਂ, ਆਪਣੀ ਔਲਾਦ ਨੂੰ ਯਾਨੀ ਉਹ ਦੇਖ ਰਹੇ ਨੇ, ਉਹਨਾਂ ਦੀ ਤਰਬੀਅਤ ਕਰ ਰਹੇ ਨੇ। ਉਹਨਾਂ ਦਾ ਇੱਕ ਜਿਹੜਾ ਬੇਟਾ, ਉਹ ਵੀ ਆਪਣੇ ਵਾਲਦ ਦੀ ਵਿਰਾਸਤ ਨੂੰ ਲੈ ਕੇ ਚਿਮਟੇ ਵਾਲੀ ਸਾਈਡ 'ਤੇ ਆ ਗਿਆ, ਉਹ ਵੀ ਚਿਮਟਾ ਹੀ ਵਜਾ ਰਿਹਾ। ਅਤੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਵਾਕਿਆ ਦੱਸਿਆ ਔਰ ਦੱਸਿਆ ਕਿ ਮੇਰੀ ਬੀਵੀ ਦੇ ਨਾਲ ਬਹੁਤ ਜ਼ਿਆਦਾ ਮੁਹੱਬਤ ਸੀ, ਪਿਆਰ ਸੀ। ਇਹ ਸੀ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ, ਉਮੀਦ ਆ ਤੁਹਾਨੂੰ ਪਸੰਦ ਆਈ ਹੋਏਗੀ। ਜਾਂਦੇ ਜਾਂਦੇ ਕੋਈ ਅੱਛਾ ਜਿਹਾ ਕਮੈਂਟਸ ਵਗੈਰਾ ਵੀ ਕਰ ਦਿਆ ਕਰੋ ਯਾਰ, ਸਬਸਕ੍ਰਾਈਬ ਕਰਨੇ ਤੋਂ ਬਾਅਦ ਵੀਡੀਓ ਨੂੰ ਵੇਖਿਆ ਵੀ ਕਰੋ, ਘੰਟੀ ਦੇ ਬਟਨ ਨੂੰ ਵੀ ਦਬਾਇਆ ਕਰੋ। ਇਹ ਮੈਂ ਵੇਖਦਾ ਕਿ ਸਬਸਕ੍ਰਾਈਬ ਬੜੇ ਹੋ ਗਏ ਨੇ, 3200-3300 ਸਬਸਕ੍ਰਾਈਬਰ ਹੋ ਗਏ ਨੇ, ਲੇਕਿਨ ਵੀਡੀਓ ਵੇਖਣ ਵਾਲਾ ਬਸ ਉਹੀ 100-200 ਬੰਦਾ ਹੁੰਦਾ। ਮਿਹਰਬਾਨੀ ਕਰਿਆ ਕਰੋ, ਵੀਡੀਓ ਵੇਖਿਆ ਕਰੋ, ਅਸੀਂ ਤਾਂ ਕਿ ਤੁਹਾਡੇ ਵਾਸਤੇ ਇਹਦੇ ਸਰਚ ਕਰਕੇ ਅੱਛੀਆਂ ਅੱਛੀਆਂ ਵੀਡੀਓ ਲਿਆ ਸਕੀਏ।
ਇਹ ਤੁਸੀਂ ਜਿੰਨੀ ਸਾਡੀ ਹੌਸਲਾ ਅਫਜ਼ਾਈ ਕਰੋਗੇ ਅਸੀਂ ਤੁਹਾਨੂੰ ਉਸ ਤਰ੍ਹਾਂ ਹੀ ਬਿਹਤਰ ਇਨਸ਼ਾਅੱਲਾ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ ਕਿ ਤੁਸੀਂ ਇੱਕ ਬਹੁਤ ਬੜਾ ਟਾਈਮ ਕੱਢ ਕੇ ਵੀਡੀਓ ਨੂੰ ਵੇਖਿਆ। ਮੈਂ ਸਲੂਟ ਕਰਦਾ ਤੁਹਾਨੂੰ। ਅਸਲਾਮੁਅਲੈਕੁਮ ਵਰਹਿਮਤੁਲਾਹਿ ਵਬਰਕਾਤ।